वालेकुम जी मैं हूँ आपका मेज़बान सरफराज खान और आप देख रहे हैं चौधरी पंजाब दे चौधरी पंजाब दे हमारा चैनल जो है उन हीरोज के लिए है कि जो आ, बिल्कुल साइलेंट तौर पे खामोशी के साथ अपने जो इलाक़े के लोग हैं उनकी खिदमत कर रहे हैं और हमारा ये मकसद है प्रोग्राम करने का कि हम जो वो हीरो हैं उन, उनके पास जाएं और आप लोगों को बताएं कि यार ये ऐसे लोग हैं जो पेश दरपेष की भी खिदमत कर रहे हैं और लोगों की भी खिदमत कर रहे हैं ये हमारे पंजाब की शान है तो आज हम गांव हरला वाला में हैं ये बिल्कुल वाला के पास है और नुशारा विरका रोड के ऊपर है ये गांव और यहाँ के जो नंबरदार साहब हमारे पास बैठे हुए हैं जरा इनसे बात करते हैं जी असलम जी वाईकमी की नाँ है जी थोड़ा तो माशा इफतखार अहमद चटा इफ्तार अहमद चटा साहब है दसो कि इलाके के लोग जो थोड़े तो बड़े खुश ने अस बड़ा जड़ा न जी वो लोग ਪੁੱਛਿਆ ਦੱਸਿਆ ਤੁਹਾਡੇ ਬਾਰੇ ਲੋਕਾਂ ਨੇ ਇਹ ਕਿਹਾ ਕਿ ਜੀ ਚੱਠਾ ਸਾਹਿਬ ਬਹੁਤ ਅੱਛੇ ਆਦਮੀ ਨੇ ਦਿਨ ਰਾਤ ਲੋਕਾਂ ਦੀ ਖਿਦਮਤ ਕਰਦੇ ਕੀ ਕਹਿਣਾ ਚਾਹੋਗੇ ਸਾਡੇ ਜੀ ਇਨਸ਼ਾਅੱਲਾ ਦਿਲ ਨੂੰ ਸਕੂਨ ਮਿਲਦਾ ਹੈ ਲੋਕਾਂ ਦੀ ਖਿਦਮਤ ਕਰਕੇ ਇੱਕ ਤੇ ਕਦੀ ਕੋਈ ਧੜੇਬਾਜੀ ਨਹੀਂ ਕੀਤੀ ਸਾਰਿਆਂ ਲੋਕਾਂ ਨੂੰ ਇੱਕ ਨਜ਼ਰ ਨਾਲ ਵੇਖੀਦਾ ਹੈ ਲੋਕਾਂ ਦੀਆਂ ਬੱਚੀਆਂ ਦੀ ਸ਼ਾਦੀ ਤੇ ਮੈਂ ਬੜੀ ਖੁਸ਼ੀ ਨਾਲ ਖਿਦਮਤ ਕਰਨਾ ਵਾ ਵਾ ਬੱਚੀ ਦੀ ਸ਼ਾਦੀ ਦੇ ਮੈਂ ਦਿਨ ਰਾਤ ਮਿਹਨਤ ਕਰੀ ਦੀ ਏ ਨਾਲ ਹੋ ਕੇ ਸਾਰਾ ਪ੍ਰੋਗਰਾਮ ਟੈਂਡ ਕਰੀਦਾ ਨਾਲ ਆਪਣੇ ਹੋਰ ਵੀ ਆਪਣੇ ਕਜ਼ਨਾਂ ਨੂੰ ਦੋਸਤਾਂ ਨੂੰ ਵੀ ਜਿੰਨਾ ਕੋ ਸਾਰੇ ਵਰੇ ਮਦਦ ਵੀ ਜਿੰਨੀ ਸਾਡੇ ਚ ਆਪਣੀ ਹਿੰਮਤ ਤੋਂ ਜ਼ਿਆਦਾ ਕਰੀਦਾ ਇਨਸ਼ਾਅੱਲਾ ਗੋਸ਼ਤ ਦੀ ਉਹਨਾਂ ਨੂੰ ਲੋੜ ਪਵੇ ਉਹ ਜੋ ਉਹਨਾਂ ਨੂੰ ਲੋੜ ਪਵੇ ਸਾਰੇ ਮਾਲੀ ਤੌਰ ਤੇ ਵੀ ਮਾਲੀ ਤੌਰ ਤੇ ਵੀ ਲੋੜ ਪਵੇ ਇਨਸ਼ਾਅੱਲਾ ਅਸੀਂ ਮਦਦ ਕਰਨੇ ਆ ਸਾਰਿਆਂ ਦੀ ਮਾਸ਼ਾਅੱਲਾ ਉਸ ਤੋਂ ਬਾਅਦ ਆਹ ਸਾਰਾ ਆਪਣੇ ਇਲਾਕੇ ਦਾ ਆਸ-ਪਾਸ ਗਾਉਂ ਜਿਹੜੇ ਨੇ ਉਹਨਾਂ ਦੇ ਵੀ ਸੜਕਾਂ ਦਾ ਵੀ ਹੱਛੇ ਰੋਡ ਬਣਾਏ ਨੇ ਤੇ ਇੱਕ ਗੱਲ ਦੀ ਸਮਝ ਨਹੀਂ ਆਈ ਯਾਰ ਇਹ ਕੋਈ ਕਾਨੂੰਨ ਹੋਣਾ ਚਾਹੀਦਾ ਐਤਲੋ ਸੜਕ ਬਣਾਓ ਕੋਈ ਸੜਕ ਪੁੱਟ ਦੇਂਦਾ ਕੋਈ ਹੁੰਦੇ ਤੇ ਕੋਈ ਐਕਸ਼ਨ ਨਹੀਂ ਹੁੰਦਾ ਕੋਈ ਪੈ ਪਾ ਦਿੰਦਾ ਕੋਈ ਪੁੱਟ ਦਿੰਦਾ ਇਤਨੋਂ ਬਣਾਨੇ ਇਤਨੋਂ ਪੁੱਟੀਆਂ ਜਾਂਦੀਆਂ ਅੱਛਾ ਇਹ ਇਹ ਤੇ ਫਿਰ ਇਹ ਹੈ ਨਾ ਜੀ ਕਿ ਇਹ ਤਾਂ ਇੱਕ ਦਰਖਵਾਸਤ ਲਿਖੀ ਜਾਵੇ ਕਾਨੂੰਨ ਤੇ ਹੈ ਲੇਕਿਨ ਉਹ ਅਮਲੀ ਤੌਰ ਤੇ ਹਕੂਮਤ ਦੇ ਜਿਹੜੇ ਅੱਗੇ ਅਦਾਰਾ ਬਣਾਇਆ ਉਹਨੂੰ ਪਤਾ ਨਹੀਂ ਲੱਗਦਾ ਹੋਣਾ ਇਹ ਤਾਂ ਨਹੀਂ ਕਿ ਮਟੀਰੀਅਲ ਅੱਛਾ ਨਹੀਂ ਇਸਤੇਮਾਲ ਕਰਦੇ ਮਿੱਟੀ ਜੀ ਬਿਲਕੁਲ ਅੱਛਾ ਹੁੰਦਾ ਹੈ ਵੇਖੋ ਇੱਕ ਮਕਾਨ ਹੈ ਅਸੀਂ ਉਹਦੇ ਤੇ ਕਰੋੜ ਰੁਪਈਆ ਲਾਣੇ ਆ ਲੇਕਿਨ ਪਾਣੀ ਅਸੀਂ ਰੋਡ ਤੇ ਛੱਡ ਦਿੰਨੇ ਆ ਸਹੀ ਉਹਦੇ ਤੇ ਕੋਈ 5-10 ਹਜ਼ਾਰ ਲਾ ਕੇ ਆਪਣੇ ਪਾਣੀ ਦਾ ਨਿਕਾਸ ਬਣਾਉਣਾ ਚਾਹੀਦਾ ਹੈ ਲੋਕਾਂ ਦੇ ਸਾਰਿਆਂ ਦਾ ਰਸਤਾ ਹੁੰਦਾ ਹੈ ਸਾਂਝਾ ਕੰਮ ਹੈ ਸਾਰਿਆਂ ਨੂੰ ਇਹਦੇ ਇਹਦੇ ਵੇ ਸਾਰਿਆਂ ਨੂੰ ਖਿਆਲ ਕਰਨਾ ਚਾਹੀਦਾ ਹੈ ਸਹੀ ਬਿਲਕੁਲ ਜੀ ਮੈਂ ਬਹੁਤ ਲੋਕਾਂ ਨੂੰ ਸਮਝਾਇਆ ਯਾਰ ਇਹ ਸੜਕਾਂ ਤੇ ਆਪਣੇ ਆਪਣੇ ਘਰਾਂ ਦੇ ਅੱਗੋਂ ਸਫਾਈ ਰੱਖੋ ਪਾਣੀ ਸੜਕਾਂ ਤੇ ਨਹੀਂ ਜਾਣਾ ਚਾਹੀਦਾ ਗਵਰਨਮੈਂਟ ਦਾ ਪੈਸਾ ਹੈ ਲੋਕ ਕਹ ਰਹੇ ਨੇ ਜੀ ਇਹ ইমরান ਖਾਨ ਦੀ ਕੁਮਤ ਬੜੀ ਮਹਿੰਗਾਈ ਆ ਗਈ ਹੈ ਲੇਕਿਨ ਇਹ ਸਬਰ ਕਰਨ ਇਨਸ਼ਾ ਅੱਲਾਹ ਤਾਲਾ अच्छा वक्त भी आवेगा अच्छा बिल्कुल हाँ जी अच्छा वक्त भी इनशाला जरूर आवेगा इलेक्शन हमारी जो बेस्ट है वो आपके हाँ। मतलब हाँ 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 साथ है अच्छा ये बताएं कि जब आप किसी गरीब की खिदमत करते हैं कोई काम किसी के आते हैं तो दिल को सुकून कितना मिलता है बहुत सुकून मिलता है मैं तो किसी की खिदमत करके इनशाला रात को ਪੜਤਾਂ ਬੜਾ ਦਿਲ ਕੋ ਸਕੂਨ ਮਿਲਦਾ ਹੈ ਕੋਈ ਮੈਸੇਜ ਦੇਣਾ ਚਾਹੁੰਦੇ ਉਹ ਨਿਸ਼ਾਰਾ ਵਿਰਕਾਂ ਦੇ ਗੁਜਰਾਲੇ ਦੇ ਲੋਕ ਤੁਹਾਨੂੰ ਜਾਨਣਾ ਚਾਹੁੰਦੇ ਮਤਲਬ ਤੁਹਾਨੂੰ ਦੇਖ ਰਿਹਾ ਨੇ ਔਰ ਫਿਰ ਤੁਹਾਡਾ ਆਪਣਾ ਜਿਹੜਾ گاؤں ਹਰਲਾਂ ਵਾਲਾ ਉਹ ਵੀ ਲੋਕ ਤੁਹਾਨੂੰ ਦੇਖ ਰਿਹਾ ਨੇ ਤੇ ਕੀ ਕੋ ਪੈਗਾਮ ਦਿਓਗੇ ਨਹੀਂ ਜੀ ਜੋ ਵੀ ਸਾਡੇ ਲੈ ਕਿਸੇ ਨੂੰ ਕਿਸੇ ਕਿਸਮ ਦਾ ਕੋ ਕੰਮ ਹੋਵੇ ਅਸੀਂ ਦਿਨ ਰਾਤ ਉਹਨਾਂ ਵਾਸਤੇ ਹਾਜ਼ਰ ਆਂ ਇਨਸ਼ਾਅੱਲਾ ਕੋਈ ਰਾਤ ਨੂੰ ਆਵਾਜ਼ ਮਾਰੇ ਸਵੇਰ ਆਵਾਜ਼ ਮਾਰੇ 24 ਘੰਟੇ ਅਸੀਂ ਇਨਸ਼ਾਅੱਲਾ ਹਾਜ਼ਰ ਹਾਂ ਉਹਨਾਂ ਵਾਸਤੇ ਸਹੀ ਆਪਣੇ ਸਾਰੇ ਭਾਈਆਂ ਵਾਸਤੇ ਸਾਰੇ ਭਾਈਆਂ ਵਾਸਤੇ ਜੀ ਹਾਜ਼ਰ ਨੇ ਆਸ-ਪਾਸ ਵਾਲੇ ਜਿੰਨੇ ਗਾਉਂ ਨੇ ਕੋਈ ਕਿਸੇ ਦਾ ਕੰਮ ਹੋਵੇ ਜਿੱਥੋਂ ਤੱਕ ਮੇਰੀ ਪਹੁੰਚ ਹੈ ਮੈਂ ਇਨਸ਼ਾਅੱਲਾ ਜ਼ਰੂਰ ਕਰਾਂਗਾ ਜਿੰਨੀਆਂ ਲੇਬਰਾਂ ਵਗੈਰਾ ਆਉਂਦੀਆਂ ਨੇ ਉਹਨਾਂ ਦੇ ਖਾਣੇ ਉਹਨਾਂ ਦੀਆਂ ਰਹਿਸ਼ਾਂ ਬੜੀ ਬੜੀ ਦੂਰੋਂ ਰਾਜਨਪੁਰ ਦੀਆਂ ਲੇਬਰਾਂ ਹੁੰਦੀਆਂ ਨੇ ਛੋਟੇ ਛੋਟੇ ਬੱਚੇ ਮੇਰੇ ਦਿਲ ਨੂੰ ਬੜਾ ਦੁੱਖ ਮਹਿਸੂਸ ਹੁੰਦਾ ਹੈ ਜਦੋਂ ਲੇਬਰ ਦੇ ਜਿਹੜੇ ਉਹਨਾਂ ਦੇ ਉੱਤੇ ਹੁੰਦੇ ਨੇ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਟਾਈਮ ਦੀ ਰੋਟੀ ਇਕੱਠੀ ਲਿਆ ਦਿੰਦੇ ਨੇ ਮੈਂ ਦੋ ਤਿੰਨ ਵਾਰ ਕਹਿਆ ਯਾਰ ਇਹ ਚੀਜ਼ ਮੈਂ ਨਹੀਂ ਵੇਖ ਸਕਦਾ ਰੋਟੀ ਇਹਨਾਂ ਦੀ ਹੈ 2 ਮਹੀਨੇ ਰਹਿਣ 3 ਮਹੀਨੇ ਰਹਿ ਰੋਟੀ ਇਹਨਾਂ ਦੀ ਮੇਰੇ ਨਾਲ ਹੋਵੇਗੀ ਕੀ ਬਾਤ ਹੈ ਜੀ ਹਾਂ ਜੀ ਇਹ ਬੜਾ ਵੱਡਾ ਤੁਹਾਡਾ ਇੱਕ ਇਕਦਮ ਹੈਗਾ ਤੇ ਅਸੀਂ ਇਸ ਇਕਦਮ ਨੂੰ ਸਰਾਵਾਂਗੇ ਤੇ ਨਾਜ਼ਰੀ ਨੂੰ ਵੀ ਦੱਸਾਂਗੇ ਕਿ ਅਸੀਂ ਹੀਰੋ ਜਿਹੜੇ ਨੇ ਸਾਡੇ ਉਹ ਅਸਲ ਹੀ ਨੇ ਇਹ ਸਾਡੇ ਨੈਸ਼ਨਲ ਹੀਰੋ ਨੇ ਜਿਹੜੇ ਆਵਾਮ ਦੀ ਖਿਦਮਤ ਕਰ ਰਹੇ ਨੇ ਗਰੀਬ ਗੁਰਬਤ ਦਾ ਖਿਆਲ ਕਰਦੇ ਨੇ ਕਿਉਂਕਿ ਅੱਜਕੱਲ ਨਫਸ ਅਨਫਸੀ ਦਾ ਦੌਰ ਹੈ ਕਿਸੇ ਕੋਲ ਕਿਸੇ ਲਈ ਟਾਈਮ ਕੋਈ ਨਹੀਂ ਤੇ ਅਗਰ ਕੋ ਕਿਸੇ ਲਈ ਇਕਦਮ ਕਰਦਾ ਹੈ ਤੇ ਉਹ ਬਹੁਤ ਅੱਛੀ ਗੱਲ ਹੈ ਤੇ ਸਾਡਾ ਪ੍ਰੋਗਰਾਮ ਦਾ ਮਕਸਦ ਹੀ ਹੈ ਕਿ ਇਨਾਂ ਹੀਰੋਆਂ ਨੂੰ ਤੁਹਾਡੇ ਸਾਹਮਣੇ ਲਿਆ ਜਾਵੇ ਤੇ ਤੁਹਾਨੂੰ ਦੱਸਿਆ ਜਾਵੇ ਕਿ ਪਾਕਿਸਤਾਨ ਦੇ ਵਿੱਚ ਪੰਜਾਬ ਦੀ ਸ਼ਾਨ ਵੀ ਕੁਝ ਲੋਕ ਹੈ ਨੇ ਇਨਸ਼ਾਅੱਲਾ ਜੀ ਮੂਝੇ ਆਪਣੇ ਜੋ ਆਪਕਾ ਮੇਜ਼ਬਾਨ ਹੈ ਸਰਫਰਾਜ਼ ਖਾਨ चौधरी चटा साहब के साथ आज हमने प्रोग्राम किया और बड़ी मज़े मजे की बातें हुई तो इन फिर मिलेंगे एक नए प्रोग्राम के साथ एक नए हीरो के साथ अपने मेज़बान सरफराज खान को इजाज़त दीजिए देखते रहे चौधरी पंजाब दे इस चैनल को सब्सक्राइब करें लाइक करें शेयर करें और बेल आइकन बटन को दबा दें ताकि हमारा आने वाला हर नया प्रोग्राम आप तक पहुंच सके फिर मिलेंगे पाकिस्तान जिंदाबाद